ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ। ਜਿਹੜਾ ਰੰਗਲਾ ਪੰਜਾਬ ਹੁੰਦਾ ਸੀ ਦੋਸਤੋ, ਹੁਣ ਉਹ ਗੰਧਲਾ ਪੰਜਾਬ ਬਣਦਾ ਜਾ ਰਿਹਾ ਹੈ, ਕਿਉਂਕਿ ਇਸ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਘੁਲ ਚੁੱਕਾ ਹੈ ਕਿ ਇਹ ਜਿਹੜਾ ਪੰਜਾਬ ਹੈ ਹੁਣ ਸ਼ਾਇਦ ਹੀ ਰੰਗਲਾ ਹੋਵੇ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਵੀਡੀਓ ਹਨ, ਉਹ ਪੰਜਾਬ ਦੀਆਂ ਹੀ ਵੀਡੀਓ ਹਨ, ਅਤੇ ਇਸ ਦੇ ਵਿੱਚ ਜਿਹੜੇ ਲੋਕ ਤੁਸੀਂ ਦੇਖ ਰਹੇ ਹੋ ਉਹ ਵੀ ਪੰਜਾਬੀ ਲੋਕ ਹਨ, ਜਿਹੜੇ ਬੜੇ ਚਾਅ ਦੇ ਨਾਲ ਨਸ਼ਾ ਕਰ ਰਹੇ ਨੇ। ਚਲੋ, ਨਸ਼ਾ ਕਰਨਾ ਆਪਦੀ ਪਰਸਨਲ ਲਾਈਫ ਨੂੰ ਅਫੈਕਟ ਕਰਨਾ ਹੁੰਦਾ ਹੈ। ਜੇਕਰ ਕੋਈ ਨਸ਼ਾ ਕਰਦਾ ਹੈ ਤਾਂ ਪਰਸਨਲੀ ਤੌਰ 'ਤੇ ਆਪਣੇ ਘਰ ਕਰ ਸਕਦਾ ਹੈ, ਪਰ ਨਸ਼ੇ ਦੀਆਂ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰਨਾ ਬਹੁਤ ਵੱਡਾ ਗੁਨਾਹ ਹੈ, ਕਿਉਂਕਿ ਇਹਨਾਂ ਨੇ ਵੀਡੀਓ ਬਣਾਈਆਂ ਸੀ ਤਾਂ ਹੀ ਲੋਕਾਂ ਨੇ ਸ਼ੇਅਰ ਕੀਤੀਆਂ, ਤਾਂ ਹੀ ਅਸੀਂ ਇਹਨਾਂ ਵੀਡੀਓ 'ਤੇ ਵੀਡੀਓ ਬਣਾ ਰਹੇ ਹਾਂ। ਦੋਸਤੋ, ਜੇਕਰ ਇਹਨਾਂ ਨੇ ਵੀਡੀਓ ਨਾ ਬਣਾਈਆਂ ਹੁੰਦੀਆਂ ਤਾਂ ਕਿਸੇ ਤੱਕ ਇਹ ਚੀਜ਼ ਨਹੀਂ ਪਹੁੰਚਣੀ ਸੀ। ਇਹੀ ਗੱਲ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਨੇ ਵੀਡੀਓ ਸ਼ੇਅਰ ਕੀਤੀਆਂ ਹਨ, ਜਦੋਂ ਇਹਨਾਂ ਵੀਡੀਓ ਨੂੰ ਬੱਚੇ ਦੇਖਣਗੇ ਤਾਂ ਉਹਨਾਂ ਨੂੰ ਲੱਗੇਗਾ ਕਿ ਸ਼ਾਇਦ ਇਹ ਚੀਜ਼ ਨੋਰਮਲੀ ਹੈ ਅਤੇ ਅਸੀਂ ਵੀ ਇਸ ਨੂੰ ਲੈ ਸਕਦੇ ਹਾਂ। ਇਸ ਲਈ ਦੋਸਤੋ, ਜੇਕਰ ਕੋਈ ਵੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਨਾ ਕੀਤਾ ਜਾਵੇ, ਤਾਂ ਕਿ ਹੋਰ ਲੋਕ ਤਾਂ ਇਹਨਾਂ ਚੀਜ਼ਾਂ ਤੋਂ ਬਚ ਜਾਣ। ਵੀਡੀਓ ਚੰਗੀ ਲੱਗੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ।